ਦੱਸਦੇ ਕਿ ਨੌਜਵਾਨ 10 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਆਪਣੇ ਬਿਹਤਰ ਭਵਿੱਖ ਦੇ ਲਈ ਗਿਆ ਸੀ ਤਾਂ 31 ਸਾਲ ਦਾ ਸੀ ਇਹ ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਜਿਸਦੀ ਕਿ ਅਮਰੀਕਾ ਦੇ ਵਿੱਚ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਤਾਂ ਅਮਰੀਕਾ ਦੇ ਵਿੱਚ ਇਸਦੀ ਭੈਣ ਵੀ ਰਹਿੰਦੀ ਸੀ ਜਿਸਦੇ ਵੱਲੋਂ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਤਾਂ ਦੱਸਦੇ ਕਿ ਨੌਜਵਾਨ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਸੀ ਤਾਂ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਤਾਂ ਟਰਾਲਾ ਅਨਲੋਡ ਕਰਨ ਤੋਂ ਬਾਅਦ ਉਹ ਸੋ ਗਿਆ ਅਤੇ ਫਿਰ ਮੁੜ ਕੇ ਨਹੀਂ ਉੱਠਿਆ ਤਾਂ ਇੱਕ ਦਿਨ ਪਹਿਲਾਂ ਪਰਿਵਾਰ ਦੇ ਨਾਲ ਗੱਲਬਾਤ ਵੀ ਹੋਈ ਸੀ ਤਾਂ ਇਸ ਸੰਬੰਧੀ ਪਿਤਾ ਨੇ ਸਾਰੀ ਗੱਲਬਾਤ ਦੱਸੀ ਤੇ ਜਦ ਇਹ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਕਪੂਰਥਲਾ ਦੇ ਪਿੰਡ ਬੁੱਲੇਵਾਲ ਦਾ ਰਹਿਣ ਵਾਲਾ ਸੀ ਤਾਂ ਦੱਸਦੇ ਕਿ ਪਰਿਵਾਰ ਹੁਣ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਮੰਗਾਉਣ ਦੇ ਲਈ ਗੁਹਾਰ ਲਗਾ ਰਿਹਾ ਤਾਂ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ 10 ਸਾਲ ਪਹਿਲਾਂ ਇਹ ਨੌਜਵਾਨ ਆਪਣੇ ਬਿਹਤਰ ਭਵਿੱਖ ਦੇ ਲਈ ਗਿਆ ਸੀ ਤਾਂ ਉੱਥੇ ਇਸਦੀ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਇਸ ਸੰਬੰਧੀ ਜਿਵੇਂ ਹੀ ਭੈਣ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਸਦੇ ਵੱਲੋਂ ਤੁਰੰਤ ਪਰਿਵਾਰ ਦੇ ਵਿੱਚ ਚਾਚਾ ਜੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਮੌਕੇ ਤੋਂ ਉਸਦੇ ਜੱਦੀ ਪਿੰਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਰੋ ਰੋ ਕੇ ਇਸ ਪਰਿਵਾਰ ਦਾ ਬੁਰਾ ਹਾਲ ਹੈ ਮੈਂ ਤੇ ਆਪਣੇ ਸਿਸਟਰ ਕੋਲ ਗਿਆ ਹੋਇਆ ਸੀ ਤੇ ਰਾਤ ਨੂੰ ਜਦੋਂ ਸਾਡੀ ਬੇਟੀ ਦਾ ਫੋਨ ਆਇਆ ਉਹਨੇ ਇਹੋ ਹੀ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਮੀ ਨਾਲ ਗੱਲ ਨਹੀਂ ਕਰ ਸਕਦੀ ਅਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀ ਹਾਂ ਕਿ ਇੱਦਾਂ ਇੱਦਾਂ ਭਾਣਾ ਵਰਤ ਗਿਆ ਉਹ ਰੋਂਦੀ ਉਹਨਾਂ ਗੱਲ ਤਾਂ ਹੁੰਦੀ ਨਹੀਂ ਕਿਉਂਕਿ ਉੱਥੇ ਇਕੱਲੇ ਬੈਠੇ ਆਈ ਅਤੇ ਉੱਥੇ ਬਾਅਦ ਇੱਥੇ ਵਾਹਵਾ ਜੀ ਸਾਡਾ ਤਾਂ ਹੋਰ ਗੱਲ ਹੈ ਉਹ ਤਾਂ ਇਕੱਲੇ ਰੋਈ ਰੋਈ ਧੋਈ ਜਾਂਦੇ ਅਸੀਂ ਰਾਤ ਦੇ 12 ਵਜੇ ਤਾਂ ਇੱਥੇ ਬੈਠੇ ਹਾਂ ਮਾਂ ਹੁੰਦੀ ਦਾ ਬੁਰਾ ਹਾਲ ਹੈ ਗਏ ਸੀ ਉੱਥੇ ਮੈਂ ਤਾਂ ਉੱਥੋਂ ਰਾਤ 12:30 ਵਜੇ ਉੱਥੋਂ ਨਿਕਲਿਆ ਜਿੱਥੇ ਸਿਸਟਰ ਕੋਲ ਗਿਆ ਸੀ ਉੱਥੋਂ ਨਿਕਲਿਆ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਹਾਂ ਅਸੀਂ ਆ ਕੇ ਰੱਬ ਨੌਜਵਾਨਾਂ ਵਾਸਤੇ ਅਸੀਂ ਇਹੋ ਹੀ ਗੱਲ ਕਹਿ ਸਕਦੇ ਹਾਂ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਅਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਠੋਕਰਾਂ ਖਾਣ ਥਾਂ ਥਾਂ ਦੀਆਂ ਸਰਕਾਰਾਂ ਅੱਗੇ ਤਾਂ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸਾਂਭੋ ਇਹਨਾਂ ਨੌਕਰੀਆਂ ਦਿਉ ਤਾਂ ਜੋ ਬਾਹਰ ਦੇ ਧੱਕੇ ਨਾ ਖਾਣ ਇਹ ਸਰਕਾਰਾਂ ਅੱਗੇ ਸਾਡੀ ਹੱਥ ਜੋੜ ਕੇ ਦੇਣ ਜਿਹੜੇ ਬੱਚੇ ਬਚਦੇ ਨੇ ਬਚਾਓ ਸਾਡੀ ਬੇਟੀ ਉੱਥੇ ਉਹਨੇ ਸਾਨੂੰ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਮਿਲਣ ਉਹਨੇ ਫੋਨ ਕੀਤਾ ਫਿਰ ਸਾਨੂੰ ਪਤਾ ਲੱਗਿਆ ਕਿਹੜੇ ਸ਼ਹਿਰ 'ਚ ਰਹਿੰਦੇ ਸੀ ਅਤੇ ਕਿੱਥੇ ਗਿਆ ਸੀ ਕਿੱਦਾਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਅਤੇ ਇਹਨੇ ਨਿਊ ਜਰਸੀ ਆਉਣਾ ਸੀ ਉੱਦਾਂ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜੋਰਜੀਆ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜਦੋਂ ਗੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਅਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਇਹ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹ ਕਹਿੰਦਾ ਮੰਮੀ ਇਹ ਕਿਹੜੀ ਗੱਲ ਹੈ ਮੈਂ ਕੱਲ੍ਹ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ
ਉਹ ਤੋਂ ਪਹਿਲਾਂ ਮੈਂ ਨਹੀਂ ਬਹਿਣਾ ਹੈਗਾ। ਅਤੇ ਮੈਂ ਉਹਨੂੰ ਕਹਿਣ ਡਿਆ ਕਿ ਬੇਟਾ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਉੱਨੀ ਚਲਾ, ਜ਼ਿਆਦਾ ਨਹੀਂ ਚਲਾਉਣੀ। ਕਹਿੰਦਾ ਨਹੀਂ ਉੱਨੀ ਚਲਾਉਣੀ, ਉਹ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ। ਅਤੇ ਕੱਲ੍ਹ ਪਰਸੋਂ ਗੱਲ ਕੀਤੀ, ਕੱਲ੍ਹ ਤਾਂ ਸਾਨੂੰ ਚੇਤਾ ਵੀ ਨਹੀਂ ਕੀ ਬਣਨਾ। ਕੱਲ੍ਹ ਫਿਰ ਜੋ ਮਾਲਕ ਦੀ ਰਜ਼ਾ ਉਹਦੀ ਰਜ਼ਾ ਦੇ ਵਿੱਚ ਜੋ ਵੀ ਹੋਇਆ। ਕਿਵੇਂ ਦੱਸਿਆ ਤੁਹਾਨੂੰ ਉੱਥੋਂ? ਉੱਥੋਂ ਬੇਟੀ ਨੇ ਦੱਸਿਆ ਸਾਨੂੰ। ਹਾਂਜੀ, ਕਿੰਨਾ ਸਮਾਂ ਹੋ ਗਿਆ ਉਹਨੂੰ ਬਾਹਰ ਗਏ ਨੇ? ਉਹਨੂੰ ਹੋ ਗਏ ਨੇ, ਮੇਰਾ ਹੁਣ 9-10 ਸਾਲ ਹੋ ਗਏ ਨੇ ਗਏ। ਜ਼ਿਆਦਾ ਚਿਰ ਹੋ ਗਿਆ, 2012 'ਚ ਗਏ ਨੇ ਘਰੋਂ, 13 'ਚ ਲਾ ਲਓ ਜਾਂ 14 'ਚ ਲਾ ਲਓ, ਇੱਥੇ ਗਿਆ। ਗੱਲਾਂ ਬਹੁਤ ਵਧੀਆ ਕਰਦਾ ਸੀ, ਗੱਲਾਂ ਤਾਂ ਕਦੇ ਸਾਨੂੰ ਉਹਨੇ ਮਹਿਸੂਸ ਨਹੀਂ ਹੋਣ ਦਿੰਦਾ ਕੀ ਲੈਣਾ ਜੋ ਲੈਣਾ। ਉਹਨੇ ਸਾਨੂੰ ਜੋ ਲੈਣਾ ਨਾ, ਉਹਨੇ ਕਹਿਣਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ, ਜੋ ਲੈਣਾ ਤੁਸੀਂ ਲਵੋ, ਪੈਸੇ ਮੈਂ ਤੁਹਾਨੂੰ ਭੇਜਣਾ। ਉਹ ਬੇਟੀ ਕੋਲ ਰਹਿੰਦੀ ਸੀ, ਬੇਟੀ ਵੀ ਇਹੋ ਗੱਲ ਕਹਿੰਦੀ ਸੀ, ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ, ਮੈਂ ਅੱਡੇ 'ਤੇ ਵੈਸੇ ਦੁਕਾਨ ਕਰਨਾ ਵਾ ਬਿਲਡਿੰਗ ਦੀ। ਅਤੇ ਪਰ ਹੁਣ ਜੋ ਭਾਣਾ ਮਾਲਕ ਦਾ ਉਹ ਤਾਂ ਕੋਈ ਵੀ ਨਹੀਂ ਨਾ ਉਹਨੂੰ ਮੇੜ ਸਕਦਾ। ਹੁਣ ਇਹ ਵਿਚਾਰ ਇੱਦਾਂ ਹੈ ਕਿ ਕੱਲ੍ਹ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸਪੇਨ ਤੋਂ, ਅਤੇ ਫਿਰ ਦੇਖਦੇ ਹਾਂ ਉੱਥੇ ਵਿਚਾਰ ਕਰਨੇ ਆ ਕਿ ਅਸੀਂ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉੱਥੇ ਸੰਸਕਾਰ ਕਰਨੇ ਆ। ਇੱਥੇ ਵੀ ਲਿਆ ਕੇ ਰੋਣਾ ਪਿੱਟਣਾ, ਉੱਥੇ ਵੀ ਰੋਣਾ ਪਿੱਟਣਾ, ਗੱਲ ਤਾਂ ਇੰਨੀ ਕੀ ਹੈ, ਕੋਈ ਉੱਥੇ ਹੁਣ ਪੱਲੇ 'ਤੇ ਪੈਣਾ ਕੁਛ ਨਹੀਂ ਜੇ ਜਾਂਦੇ ਹਾਂ, ਇਹ ਤਾਂ ਰੋਣਾ ਪਿੱਟਣਾ ਹੀ ਹੈ। ਅਤੇ ਵੇਖਦੇ ਹਾਂ ਕੱਲ੍ਹ ਨੂੰ ਛੋਟੇ ਭਰਾ ਨੇ ਜਾਣਾ, ਅਤੇ ਫਿਰ ਵੇਖਾਂਗੇ ਲਾਵਾਂਗੇ ਹਿਸਾਬ ਕੀ ਬਣਦਾ ਜੇ ਪਹੁੰਚ ਜਾਂਦਾ ਉੱਥੇ। ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਹੈ? ਗੱਡੀ 'ਚ ਸੁੱਤਾ ਹੋਇਆ, ਬਸ ਇੰਨਾ ਹੀ ਪਤਾ ਲੱਗਾ, ਸੁੱਤਾ ਅਤੇ ਸੁੱਤੇ ਦੀ ਮੌਤ ਹੋਈ ਹੈ। ਹਾਂਜੀ, ਅਟੈਕ ਹੋਇਆ, ਕੀ ਹੋਇਆ ਇਹ ਮਾਲਕ ਜਾਣੇ।